जलंधर च बीती रात दर्दनाक हादसा वापर गया। दसिया जा रहा है कि जिस घर के छे जिया की मौत हो गई है। मामला जलंधर के अवतार नगर का दसिया जा रहा है कि पीड़ित परिवार ने 6 महीने पहला ही फ्रिज ली सी, जिस तों गैस लीक होने नाल ब्लास्ट हो गया तो जिस नाल भयानक अग लग गई तो गैस भी सिर नूं चढ़ गई। इस नाल यह भी कहा जा रहा है कि सिलंडर के फटन नाल अग लगी है। हालांकि पुलिस ने मौत का कारण अजे स्पष्ट नहीं किया। घटना बीती रात करीब 9:30 बजे की दसी जा रही है। दस दिए कि जो लोगों ने घर जो धुआं निकलता देखा तो फायर ब्रिगेड के नाल पुलिस को सूचना दी गई। घटना की सूचना मिलने पर मौके पर पहुंचे फायर ब्रिगेड के कर्मचारियों ने सब तो पहला बच्चों बाहर कढ़िया। सूत्रों मुताबक परिवार के 6 जिया की मौत हो चुकी है। मृतकों की पछाण यशपाल सिंह, रुचि, दिया, मनशा, अक्षय ते इंद्रपाल सिंह वजो हुई है। उधर ही अजे पुलिस अधिकारियों ने कुछ स्पष्ट नहीं किया। उन्होंने कहना है कि जांच अजे जारी है। ਤੁਸੀਂ ਦੇਖਿਆ ਹੈਗਾ ਕਿ ਬੜਾ ਹੀ ਮੰਦਭਾਗੀ ਘਟਨਾ, ਬੜਾ ਅਨਫੋਰਚੁਨੇਟ ਇੰਸੀਡੈਂਟ ਹੋਇਆ ਹੈਗਾ। ਅਤੇ ਸਾਨੂੰ ਜਿਹੜਾ ਇਤਲਾਹ ਮਿਲੀ ਸੀਗੀ ਕਿ ਵੀ ਆਹ ਜਿਹੜਾ ਘਰ ਹੈ, ਘਰ ਦੇ ਵਿੱਚ ਕੋਈ ਬਲਾਸਟ ਹੋਇਆ, ਇਸ ਕਰਕੇ ਜਿਹੜੇ ਹੈਗੇ ਇੰਜਰੀਜ਼ ਆਈ ਹੈ। ਤਾਂ ਅਸੀਂ ਹੁਣੇ ਹੀ ਅਸੀਂ ਜਿਹੜੇ ਹੈਗੇ ਡਾਕਟਰ, ਅਸੀਂ ਹੋਸਪਿਟਲ ਵੀ ਵਿਜਿਟ ਕੀਤਾ ਹੈਗਾ, ਨਾਲ ਅਸੀਂ ਜਿਹੜੀ ਫੋਰੈਂਸਿਕ ਟੀਮ ਸਾਡੀ ਇੱਥੇ ਸਪੋਰਟ 'ਤੇ ਹੈਗੀ, ਅਸੀਂ ਜਿਹੜੀ ਹੈਗੀ ਇਹ ਜੋ ਜਿਹੜਾ ਵੀ ਸਪੋਰਟ ਹੈਗਾ ਉਹਦਾ ਅਸੀਂ ਜਿਹੜਾ ਫੋਰੈਂਸਿਕ ਸੈਂਪਲਿੰਗ ਕਲੈਕਸ਼ਨ ਅਤੇ ਐਨਾਲਿਸਿਸ ਕਰਾਂਗੇ। ਇਸ ਤੋਂ ਬਾਅਦ ਹੀ ਇਸ ਇਹਦੇ 'ਚ ਬਾਕੀ ਦੱਸਿਆ ਜਾਵੇਗਾ ਕਿ ਐਕਚੁਅਲੀ ਉਹਦੇ ਕੀ ਹੋਇਆ ਕੀ ਸੀ। ਬੇਸਿਕਲੀ ਕਿੰਨੇ ਪਰਿਵਾਰ ਦੇ ਜੀ ਸੀ ਅੰਦਰ? ਨਹੀਂ, ਹਾਲੇ ਤੱਕ ਤਾਂ ਇਹਨਾਂ ਨੇ 5 ਜਣੇ ਦੇ ਬੇਸਿਕਲੀ ਦੱਸੇ ਗਏ। ਤੋ ਬਾਕੀ ਜਿਹੜੇ ਹੈਗੇ 2 ਬੰਦੇ ਬਾਹਰ ਸੀ, ਉਹ ਫੋਰਚੁਨੇਟਲੀ ਉਹ ਬਚ ਗਏ ਸੀ ਜੀ। ਬਟ ਬਾਕੀ ਉਹਨਾਂ ਦੇ ਵੱਲੋਂ ਜਿਹੜੀ ਸਟੋਰੀ ਨਰੇਟ ਕੀਤੀ ਗਈ ਹੈ ਉਸੇ ਨੂੰ ਹੀ ਧਿਆਨ ਰੱਖ ਕੇ ਅਸੀਂ ਜਿਹੜਾ ਹੈਗਾ ਅੱਗੇ ਫਰਦਰ ਇਨਵੈਸਟੀਗੇਸ਼ਨ। ਕਿੰਨਿਆਂ ਦੀ ਡੈਥ ਹੋ ਚੁੱਕੀ ਹੈ? ਨਹੀਂ, ਅਜੇ ਐਜ ਆਫ ਨਾਊ ਕਨਫਰਮੇਸ਼ਨ ਸਾਡੇ ਕੋਲ ਨਹੀਂ ਆਇਆ ਕੋਈ ਦਾ। ਉਹ ਤੋਂ ਅਸੀਂ ਜਿਹੜਾ ਹੈਗਾ ਹੋਸਪਿਟਲ ਤੋਂ ਜਾ ਕੇ ਕਨਫਰਮੇਸ਼ਨ। ਅੱਗ ਦਾ ਕਾਰਨ ਕੋਈ ਪਤਾ ਲੱਗਿਆ? ਨਹੀਂ ਨਹੀਂ, ਇੱਦਾਂ ਦੀ ਨਹੀਂ। ਅਸੀਂ ਇੱਕ ਵਾਰ ਅਸੀਂ ਜਿਹੜਾ ਹੈਗਾ ਫੋਰੈਂਸਿਕ ਟੀਮ ਬੁਲਾਈ ਹੈਗੀ, ਅਸੀਂ ਦੇਖ ਰਹੇ ਹੈਗੇ ਕਿ ਕੀ ਹੈ, ਕਿਉਂਕਿ ਜਿਹੜਾ ਸੀਨ ਜਿਹੜਾ ਸਪੋਟ ਹੈ ਉਹਦੇ 'ਚ ਕਾਫੀ ਡਿਸਕਸ਼ਨ ਹੋਇਆ ਹੈਗਾ। ਤੋ ਐਜ ਆਫ ਨਾਊ ਕੋਈ ਚੀਜ਼ ਤੇ ਨਤੀਜੇ 'ਚ ਪਹੁੰਚਣਾ ਪੋਸੀਬਲ ਨਹੀਂ ਹੈਗਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।